ਕੜੀ ਸੁਰੱਖਿਆ ਵਿੱਚ ਪੰਜਾਬ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਕੱਟੀ ਰਾਤ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸੁਰੱਖਿਆ ਦੇ ਵਿੱਚ ਪੰਜਾਬ ਪਹੁੰਚੇ ਅਤੇ ਪੰਜਾਬ ਪਹੁੰਚਦੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਚਰਨਜੀਤ ਚੰਨੀ ਨੇ ਦੱਸਿਆ ਕਿ ਪੰਜਾਬ ਆਉਂਦੇ ਹੀ ਮੈਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਸੋਗ ਪ੍ਰਗਟ ਕਰਨ ਆਇਆ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਦੋਂ ਮੈਂ ਆ ਰਿਹਾ ਸੀ ਤਾਂ ਪੁਲਿਸ ਦਾ ਮੈਸੇਜ ਮਿਲਿਆ ਕਿ ਤੁਸੀਂ ਇੱਥੇ ਨਾ ਆਓ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਤਾਂ ਸਾਬਕਾ ਸੀਐਮ ਚੰਨੀ ਦਾ ਕਹਿਣਾ ਸੀ ਕਿ ਮੈਂ ਪਰਿਵਾਰ ਨਾਲ ਅਫਸੋਸ ਕਰਨ ਜ਼ਰੂਰ ਆਣਾ ਹੈ। ਜੇਕਰ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਹੈ ਤਾਂ ਕਰ ਸਕਦੇ ਹੋ। ਹੋਰ ਕੀ ਕੀ ਕਿਹਾ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਆਓ ਸੁਣਦੇ ਹਾਂ। ਅੱਜ ਮੈਂ ਬਾਰੋਂ ਆਇਆ ਪੰਜਾਬ ਦੇ ਵਿੱਚ ਐਂਟਰ ਕਰਿਆ ਤੇ ਪੰਜਾਬ ਦੇ ਵਿੱਚ ਐਂਟਰ ਕਰਨ ਦੇ ਸਮੇਂ ਨਾਲ ਹੀ ਮੈਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਮੁਸੇਵਾਲਾ ਜਿਹਦੇ ਮਾਤਾ ਪਿਤਾ ਜੀ ਦੇ ਨਾਲ ਸੋਗ ਪ੍ਰਗਟ ਕਰਨਾ ਹੈ ਤੇ ਬਹੁਤ ਹੀ ਦੁਖਦਾਇਕ ਜਿਹੜਾ ਇਹ ਵਾਕਿਆ ਹੋਇਆ ਘਟਨਾ ਵਾਪਰੀ ਹੈ ਉਸ ਦਾ ਅਫਸੋਸ ਕਰਨਾ ਹੈ ਪਰਿਵਾਰ ਦੇ ਨਾਲ ਔਰ ਬਦਕਿਸਮਤੀ ਨਾਲ ਜਦ ਮੈਂ ਰਸਤੇ 'ਚ ਆ ਰਿਹਾ ਸੀ ਤਾਂ ਮੈਨੂੰ ਪੁਲਿਸ ਦਾ ਮੈਸੇਜ ਮਿਲਿਆ ਕਿ ਤੁਸੀਂ ਇੱਥੇ ਆਓ ਨਾ ਤੁਹਾਨੂੰ ਅਰੈਸਟ ਕਰਾਂਗੇ ਮੈਂ ਕਿਹਾ ਵੀ ਮੈਂ ਅਫਸੋਸ ਜ਼ਰੂਰ ਕਰਨਾ ਪਰਿਵਾਰ ਦੇ ਨਾਲ ਜੇ ਤੁਸੀਂ ਅਰੈਸਟ ਕਰਨਾ ਤਾਂ ਤੁਸੀਂ ਕਰ ਲਿਓ ਮੈਂ ਮੈਸੇਜ ਅੱਗੇ ਤੋਂ ਕਰਤਾ ਫੇਰ ਦੁਬਾਰੇ ਮੈਸੇਜ ਆ ਗਿਆ ਕਿ ਜੇ ਤੁਸੀਂ ਆਉਣਾ ਤਾਂ ਆ ਕੇ ਜਦੇ ਚਲੇ ਜੇ ਜੀ ਰਾਤ ਨਾ ਰਹੋ ਉਹਨਾਂ ਦੇ ਕੋਲ ਮੈਂ ਕਿਹਾ ਜੀ ਮੈਂ ਰਾਤ ਵੀ ਰਹਿਣਾ ਹੈ ਬਾਕੀ ਜਿਵੇਂ ਤੁਹਾਡੀ ਮਰਜ਼ੀ ਉਸ ਤਰ੍ਹਾਂ ਕਰ ਲਿਓ ਹੁਣ ਮੈਂ ਜਦੋਂ ਆਇਆ ਤਾਂ ਪੁਲਿਸ ਆਈ ਹੋਈ ਸੀ ਇੱਥੇ ਉਹਨਾਂ ਨੇ ਮੈਨੂੰ ਇੱਕ ਸਮਝਣ ਦਿੱਤੀ ਹੈ ਕਿਉਂਕਿ ਜਦੋਂ ਮੈਂ ਤੇ ਮੂਸੇਵਾਲਾ ਜੀ ਇਹਨਾਂ ਦੇ ਇਲੈਕਸ਼ਨ ਦੇ ਆਖਰੀ ਦਿਨ ਇੱਥੇ ਆਏ ਹੈ ਤਾਂ ਵਿਰੋਧੀ ਪਾਰਟੀ ਨੇ ਸ਼ਿਕਾਇਤ ਕਰਕੇ ਇਲੈਕਸ਼ਨ ਕਮਿਸ਼ਨ ਤੋਂ ਇੱਕ ਪਰਚਾ ਦਰਜ ਕਰਾਇਆ ਸੀ 188 ਦਾ ਬੇਲੇਵਲ ਆਫੈਂਸ ਉਹ ਅਸਲ ਦੇ ਵਿੱਚ ਝੂਠਾ ਪਰਚਾ ਸੀ ਉਹਦੇ ਵਿੱਚ ਸੱਚਾਈ ਨਹੀਂ ਸੀ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਤੇ ਹੋਇਆ ਸੀ ਉਸ ਦਾ ਜਿਹੜਾ ਚਲਾਨ ਹੈ ਸਿੱਧੂ ਮੂਸੇਵਾਲਾ ਜੀ ਦੀ ਮੌਤ ਤੋਂ ਬਾਅਦ ਚਲਾਨ ਦਿੱਤਾ ਉਹਨਾਂ ਤੇ ਤੇ ਮੇਰੇ ਤੇ ਜਦ ਕਿ ਜਦੋਂ ਬੰਦੇ ਦੀ ਮੌਤ ਹੋ ਜੇ ਉਸ ਤੋਂ ਬਾਅਦ ਚਲਾਨ ਉਹਦੇ ਤੇ ਨਹੀਂ ਦਿੱਤਾ ਜਾਂਦਾ ਕੈਂਸਲੇਸ਼ਨ ਭਰੀ ਜਾਂਦੀ ਉਹਦੇ ਵੱਲ ਉਹਦੇ ਵਾਸਤੇ ਲੇਕਿਨ ਇਹਨਾਂ ਨੇ ਚਲਾਨ ਦਿੱਤਾ ਜਿਹੜਾ ਕਿ ਇਹਨਾਂ ਨੂੰ ਦੇਣਾ ਚਾਹੀਦਾ ਨਹੀਂ ਸੀ ਜੇ ਮੇਰੇ ਤੇ ਵੀ ਦੇਣਾ ਸੀ ਤਾਂ ਪਹਿਲਾਂ ਮੈਂ ਇਹਨੂੰ ਪੁੱਛਦਾ ਲੈਂਦਾ ਕਿ ਮੇਰਾ ਬਿਆਨ ਕੀ ਆਉ ਦੇ ਵਿੱਚ ਮੇਰਾ ਪੱਖ ਕੀ ਆ ਹੈ ਔਰ ਫਿਰ ਅੱਜ ਜਦੋਂ ਮੈਂ ਅਫਸੋਸ ਕਰ ਨਾ ਆ ਰਿਹਾ ਵੈਸੇ ਵੀ ਤਾਂ ਮੈਂ ਇੱਥੇ ਰਹਿੰਦਾ ਹਾਂ ਪਹਿਲਾਂ ਵੀ ਰਿਹਾ ਚਲਾਨ ਮੇਰੇ ਉਸ ਤੋਂ ਬਾਅਦ ਦਿੱਤਾ ਮੈਂ ਇਲੈਕਸ਼ਨ ਤੋਂ ਬਾਅਦ ਵੀ 2 ਮਹੀਨੇ ਘਰ ਰਿਹਾ ਉਦੋਂ ਬੁਲਾ ਕੇ ਪੁੱਛ ਲੈਂਦੇ ਜਾਂ ਬਾਅਦ ਦੇ ਵਿੱਚ ਮੈਨੂੰ ਪੁੱਛ ਲੈਂਦੇ ਫਿਰ ਵੀ ਮੈਂ ਇੱਥੇ ਆਣਾ ਲੇਕਿਨ ਅੱਜ ਖਾਸ ਤੌਰ ਤੇ ਮੂਸੇਵਾਲਾ ਜੀ ਦੀ ਘਰ ਆਉਣ ਤੇ ਮੈਨੂੰ ਜਿਹੜਾ ਰੋਕਿਆ ਗਿਆ ਇਹ ਮਾੜੀ ਗੱਲ ਕੀਤੀ ਹੈ ਸਰਕਾਰ ਨੇ ਮੈਨੂੰ ਤਾਂ ਇਹਨਾਂ ਨੇ ਹੁਣ ਦੱਸਿਆ ਕਿ ਜਿਹੜਾ ਦੂਸਰਾ ਪਰਚਾ ਸੀਗਾ ਮੂਸੇਵਾਲਾ ਜੀ ਦਾ ਉਹ ਅਸੀਂ ਕੈਨਸਲ ਕਰਤਾ ਸੀ ਉਹਦਾ ਵੀ ਹੁਣ ਦੁਬਾਰੇ ਤੋਂ ਚਲਾਨ ਬਣਾ ਰਹੇ ਆ ਉਹਦੇ ਦੇਣ ਵਾਸਤੇ ਇਸ ਤਰ੍ਹਾਂ ਦਾ ਇੱਕ ਦੁਖੀ ਪਰਿਵਾਰ ਨੂੰ ਜਿਹਦਾ ਅਫਸੋਸ ساری ਦੁਨੀਆ ਨੇ ਮਨਾਇਆ ਹੋਵੇ ਉਹਦੇ ਮਰਡਰ ਦਾ ਉਸ ਦੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਜਿਹੜਾ ਤੰਗ ਕਰਨਾ ਉਹ ਸਹੀ ਨਹੀਂ ਹੈ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜੇ ਪਰਚੇ ਐ ਇਹਨਾਂ ਨੂੰ ਕੈਨਸਲ ਕਰੋ আর ਜਿਹੜਾ ਅਸਲੀ ਪਰਚਾ ਹੈ ਜਿਹਦੇ ਕਰਕੇ ਉਹਨਾਂ ਦਾ ਕਤਲ ਹੋਇਆ ਉਹ ਪਰਚਾ ਜਿਹੜਾ ਉਹਦੀ ਸਹੀ ਜਾਂਚ ਕਰੋ ਪੰਜਾਬ ਨੂੰ ਸਹੀ ਰਾਹ ਤੇ ਤੋਰੋ ਇਹ ਜਿਹੜਿਆ ਦੁਖਦਾਇਕ ਪੰਜਾਬ ਦੇ ਵਿੱਚ ਜਿਹੜੇ ਬੈਣ ਪੈ ਰਹੇ ਐ ਇਹ ਬੰਦ ਹੋਣ ਰੰਗਲੇ ਪੰਜਾਬ ਦੀ ਗੱਲ ਕਰੋ ਬੈਣ ਪੈਣ ਜਿਹੜੇ ਪੈਣ